ਇੱਕੇ ਦੀ ਗੱਲ ਸੁਣਾਉਣੀ ਆ ਵੀ ਕੋਈ ਵੀ ਆਪਾਂ ਕਰਮ ਕਰਦੇ ਆ ਉਹਦਾ ਦੇਣਾ ਦੇਣਾ ਹੀ ਪੈਂਦਾ ਚੰਗੇ ਦਾ ਚੰਗਾ ਮੜੇ ਦਾ ਮੜ ਅੱਛਾ ਇੱਕ ਸੌਕਰ ਸੀਗਾ ਉਹ ਕਿਸੇ ਨੂੰ ਪੈਸੇ ਦਿੰਦਾ ਹੁੰਦਾ ਸੀਗਾ ਤੇ ਪੈਸੇ ਨਾ ਬਈ ਤੇ ਲਿਖਦਾ ਸੀਗਾ ਤੇ ਨਾ ਉਹ ਜੋਨਮ ਸਿੱਧਾ ਆ ਹੁੰਦਾ ਸੀਗਾ ਵੀ ਮੈਂ ਨਾ ਭਾਈ ਅਗਲੇ ਦਰਗਾਹ ਚ ਲਾਉਂ ਆ ਜਾਂ ਤੇ ਜਾਂ ਸਤੋਂ ਅਗਲੇ ਜਨਮ ਚ ਲਾਉਂ ਆ ਉਹ ਮੇਰੇ ਅਰਗੇ ਦੋ ਜੱਟ ਸੀ ਜਦੋਂ ਉਹਨਾਂ ਦੀ ਕਿਰਾਏ ਗੱਲ ਤੇ ਉਹਨਾਂ ਨੇ ਆਖਿਆ ਬਈ ਆਰਾ ਤਾਂ ਕੰਮ ਹੀ ਵਧੀਆ ਆਏਗਾ ਉਹਨਾਂ ਨੇ ਪੂਰੀ ਪੜਤਾਲ ਕਰ ਲਈ ਵਾਕਿਆ ਹੀ ਪੈਸੇ ਦਿੰਦਾ ਇੰਨੀ ਵਟ ਪਕਾਈ ਕਰ ਜਾਈਏ ਤੇ ਨਾ ਪੈਸੇ ਦੇਵੇ ਜਦੋਂ ਉਹਨਾਂ ਨੂੰ ਯਕੀਨ ਆ ਗਿਆ ਤੇ ਦੋਵੇਂ ਯਾਰ 1000 ਰੁਪਏ ਦੇ ਵੀ ਆਪਾਂ 5-5000 ਮੰਗਾਗੇ ਮਾੜਾ ਮੋਟਾ ਕੀ ਮੰਗਣਾ ਉਹ ਸਾਰੇ ਉਸ ਛੇੜ ਦੇ ਘਰ ਨਹੀਂ ਤੁਰ ਪਏ ਪੈਸੇ ਲੈਣ ਪੈਸੇ ਲੈਣ ਉੱਠ ਕੇ ਜਿਹੜੇ ਸ਼ਹਿਰ ਚ ਉਹ ਰਹਿੰਦਾ ਸੀਗਾ ਚਲੋ ਚਾਲ ਚਲੋ ਚੱਲ ਤੁਰਦੇ ਤੁਰਦੇ ਤੇ ਉਹ ਭਾਈ ਪਹੁੰਚ ਗਏ ਤੇ ਜਾ ਕੇ ਉਹਨਾਂ ਨੂੰ ਸੇਠ ਨੂੰ ਨਮਸਕਾਰ ਕੀਤੀ ਵੀ ਸੇਠ ਜੀ ਅੱਜ ਤਾਂ ਪੈਸੇ ਲੈਣਾ ਆਇਆ ਤੇ ਪੈਸੇ ਵੀ ਉਹਨਾਂ ਕਿ ਮਰਜ਼ੀ ਲੈ ਜਾਓ ਸਣਸਾਈ ਨਾ ਕਰੋ ਅੱਛਾ ਕੋਈ 5-5000 ਦੇ ਦੀ ਉਹ ਆਹ ਲਓ 5-5000 ਤੇ ਭਾਈ ਅਗਲੇ ਜਨਮ ਚ ਲਾਉਂਗਾ ਮੈਂ ਤੇ ਜਾਂ ਸੋਤੋਂ ਲਾਉਂਗਾ ਮੈਂ ਦਰਗਾਹ ਦੇ ਵਿੱਚ ਅੱਛਾ ਉਹ ਕਿਤੇ ਮਰਜੀ ਲੈ ਲਈ ਹਾਂ ਉਹ ਮੇਰੇ ਅਰਗਨ ਨੂੰ ਗਿਆਨ ਨਹੀਂ ਸੀ ਧਿਆਨ ਨਹੀਂ ਸੀ ਉਹਨਾਂ ਨੇ ਅੱਗੇ ਕਦੋਂ ਲੇਖਾ ਦੇਣਾ ਪਊਗਾ ਤੇ ਆਪਾਂ ਦਾਵਾਂਗੇ ਫੁਲਕੇ ਅੱਛਾ ਤੇ ਉਹ ਭਾਈ ਲੈ ਕੇ ਪੈਸੇ ਤੇ ਰਾਤ ਪਈਗੀ ਰਾਤ ਤੇ ਜਿਹੜੇ ਪਿੰਡ ਸ਼ਹਿਰ ਚ ਰਾਤ ਪਈ ਤੇ ਉਹ ਸ਼ਹਿਰ ਦੇ ਵਿੱਚ ਉਹਨਾਂ ਦਾ ਬੇਲੀ ਸੀ ਤੇਲੀ ਚਾ ਜਿੱਤੇ ਪੈਸੇ ਲੈਣ ਗਏ ਸੀ ਨਹੀਂ ਰਾਤ ਚ ਤੁਰੇ ਆਉਂਦਾਂ ਨੂੰ ਰਾਤ ਪੈ ਗਈ ਤੁਰੇ ਆਉਂਦਾਂ ਨੂੰ ਰਾਤ ਪੈ ਗਈ ਅੱਛਾ ਤੁਰੇ ਮੈਨੂੰ ਰਾਤ ਪੈ ਗਈ ਤੇ ਉਹਨਾਂ ਨੇ ਆਖਿਆ ਵੀ ਆਪਦੇ ਯਾਰ ਬੇਲੀ ਦੇ ਘਰੇ ਰਾਤ ਕੱਟਦੇ ਸੀ ਜਾਂ ਦੋ ਸਰਾਵਾਂ ਚ ਰਾਤ ਕੱਟਦੇ ਸੀ ਲੋਕੀ ਧਰਮਸਾਲਾ ਚ ਰਾਤ ਕੱਟਦੇ ਸੀ ਹਾਂ ਜਾਂ ਉਹਨਾਂ ਨੇ ਵੀ ਤੇਲੀ ਦੇ ਘਰੇ ਜਾਵੜੇ ਤੇਲੀ ਨੇ ਰੋਟੀ ਪਾਣੀ ਖਵਾਇਆ ਤੇ ਪਸ਼ੂ ਆਲੇ ਅੰਦਰ ਮੰਜਾ ਢਾਤਾ ਉਹਨਾਂ ਦਾ ਉਹ ਗੱਲਾਂ ਬਾਤਾਂ ਕਰਦਿਆਂ ਨੂੰ ਉਹਨਾਂ ਨੂੰ 12 ਵਜੇ ਤੇ ਚੁੱਪ ਕਰਕੇ ਪੈ ਗਏ ਤੇ ਜਦੋਂ 12 ਕ'ਵਜੇ ਤੇ ਉਦੋਂ ਨਾ ਉਹ ਜਿਹੜੇ ਤੇਲੀ ਦੇ ਪਸ਼ੂ ਸੀਏ ਕੱਟਾ ਤੇ ਬਲਦ ਬੁੱਢਾ ਅੱਛਾ ਉਹ ਬਲਦ ਬੋਲਦਾ ਵੀ ਭਰਾਵਾ ਮੇਰਾ ਤਾਂ ਲੇਖਾ ਮੁੱਕ ਗਿਆ ਤੂੰ ਨਵਾਂ ਲੈਣਾ ਤੇਰਾ ਲੇਖਾ ਸਾਰਾ ਰਹਿੰਦਾ ਹੈਗਾ ਤੇ ਕੰਮ ਬਹੁਤ ਔਖਾ ਅੱਛਾ ਕੱਟਾ ਦਾ ਵੀ ਕਿਵੇਂ ਹਾਂ ਉਹ ਆਦਾ ਮੈਂ ਪਿਛਲੇ ਜਨਮ ਦੇ ਦੇ 5 ਰੁਪਏ ਦੇਣੇ ਸੀਗੇ ਤੇ 12 ਸਾਲ ਜੁੜਿਆਵੇਂ ਦੇ ਅੱਛਾ ਤੇ 12 ਸਾਲਾਂ ਚ ਮੈਂ ਉਹ 5 ਰੁਪਿਆ ਦਾ ਲੇਖਾ ਦਿੱਤਾ ਅੱਛਾ ਵੀ ਅਗਲੇ ਜਨਮ ਦੇ ਵਿੱਚ ਆ ਕੇ ਵੀ ਹਾਂਜੀ ਪਸ਼ੂ ਦੇ ਜਨਮ ਚਾ ਕੇ ਅੱਛਾ ਬੰਦੇ ਦੇ ਜਨਮ ਚ ਲੈ ਸੀ ਇਹ ਤੋਂ ਪੈਸੇ ਤੇ ਬਲਦ ਦੇ ਜਨਮ ਚਾ ਕੇ ਮੈਂ ਇਹ ਤੋਂ ਪੈਸੇ ਮਥਾ ਪੂਰੇ ਹੋਏ ਅੱਛਾ ਤੇ ਉਹ ਆਦਾ ਮੈਂ ਇਹਦੇ 20 ਦੇਣੇ ਆ ਫਿਰ ਮੈਨੂੰ ਤਾਂ ਬਹੁਤ ਚਾਰਿਆਂ ਨੂੰ ਕੱਟਣਾ ਪਊਗਾ ਜੁੜਨਾ ਪਊਗਾ ਕੋਹਲੂ ਤੇ ਹਾਂ ਉਹ ਆਹ ਯਾਰ ਕੋਈ ਸੁਣਦਾ ਗਿੰਦਾ ਹੋਵੇ ਨਾ ਜਿਹੜਾ ਇਹ ਇੱਥੋਂ ਦਾ ਰਾਜਾ ਹੈਗਾ ਤੇ ਉਹਦੇ ਹਾਥੀ ਤੋਂ ਮੈਂ 20 ਰੁਪਏ ਲੈਣੇ ਆ ਅੱਛਾ ਉਹ ਹਾਥੀ ਨਾਲ ਮੇਰਾ ਮੁਕਾਬਲਾ ਕਰਾ ਦੇ ਮੈਂ ਉਹਨੂੰ ਜਿੱਤ ਲੂ ਆ ਬਲਦਾ ਨਾ ਕੱਟਾ ਦਾ ਕੱਟਾ ਅੱਛਾ ਬਲਦ ਨੇ ਤਾਂ ਲੇਖਾ ਨਵੇੜ ਲਿਆਣਾ ਉਹ ਤਾਂ ਆਦਾ ਮੈਂ ਤੜਕੇ ਇੱਕ ਪੀੜਾ ਲੈਣਾ ਤੇਲੀ ਤੋਂ ਉਹ ਗੁਰ ਦੂਜਾ ਗੁੜ ਲਾ ਕੇ ਤੇ ਆਪਣੇ ਆਟਾ ਰਲਾ ਕੇ ਖਵਾਉਂਦਾ ਸੀਗਾ ਹਾਂ ਪੇੜਾ ਜੋੜਨ ਵਾਸਤੇ ਤੇ ਆਦਾ ਮੈਂ ਤਾਂ ਉਦੋਂ ਹੀ ਨਾਲ ਦੀ ਨਾਲ ਪੂਰਾ ਹੋ ਜੂਗਾ ਜਦੋਂ ਇਹਦਾ ਦਾਣਾ ਪਾਣੀ ਮੁੱਕ ਗਿਆ ਹਾਂ ਤੇ 13 ਰਹਿ ਗਿਆ ਅੱਛਾ ਉਹ ਆਦਾ ਵੀ ਮਾਇਰਾ ਕੋਈ ਸੁੰਦਾ ਗੁੰਦਾ ਹੋਵੇ ਤੇ ਹਾਥੀ ਨਾਲ ਰਾਜੇ ਦੇ ਨਾਲ ਸ਼ਰਤ ਲਵਾ ਦੇ ਮੇਰੀ 20 ਹਜ਼ਾਰ ਰੁਪਈਆ ਚ ਅੱਛਾ ਤੇ 20 ਰੁਪਏ ਮੈਂ ਜਿੱਤੀ ਲੈਣੇ ਆ ਤੇ ਉਹ ਦੇ ਦੇ ਤੇਲੀ ਨੂੰ ਮੇਰਾ ਲੇਖਾ ਹੁਣੀ ਨਿਬੜ ਜੂ ਜੁੜਨਾ ਪੈਣਾ ਹੀ ਨੀਗਾ ਹਾਂ ਉਹ ਗੱਲ ਸਾਰੀ ਸੁਣੀ ਜਾਂਦੇ ਸੀਗੇ ਤੇ ਉਹ ਹੈਰਾਨ ਹੋ ਗਏ ਸਾਰੇ ਉਹ ਆਪਾਂ ਤਾਂ 5-5000 ਲਿਆਈ ਬੈਠੇ ਹਾਂਗੇ ਤੇ ਇਹ 5-500 ਰੁਪਿਆ ਦਾ ਲੇਖਾ ਦੇਈ ਜਾਂਦੇ ਆ ਹਾਂ ਉਹਨਾਂ ਨੇ ਭਾਈ ਮਸਾਂ ਰਾਤ ਕੱਟੀ ਕਾਦੀ ਨੀਂਦ ਆਉਣੀ ਸੀ ਚਾਜਣਾ ਨੀਂਦ ਵੀ ਨਹੀਂ ਆਈ ਉਹਨਾਂ ਨੂੰ ਅੱਛਾ ਵੀ ਸੋਰੋ ਇਹ ਤਾਂ ਕਰਮਸਤਾਂ ਤਾਂ ਅਤਲ ਕੀ ਜੀ ਲਦਾ ਹੈਗੀ ਆ ਉਹਨਾਂ ਨੇ ਕੀ ਹੋਇਆ ਜੀ ਤੜਕੇ ਜਾਣਾ ਤਾਂ ਸਧਾਂ ਸੀਗਾ ਉਹਨਾਂ ਨੇ ਆਖਿਆ ਹੁਣ ਸਾਰਾ ਤਮਾਸ਼ਾ ਵੇਖ ਕੇ ਜਾਵਾਂਗੇ ਅੱਛਾ ਉਹ ਰਾਜ ਤੜਕੇ ਤੇਲੀ ਨੇ ਜਦੋਂ ਪੇੜਾ ਖਵਾਇਆ ਤੇ ਭਾਈ ਬਲਦ ਤਾਂ ਪੰਜਾਂ ਮੱਠਾ ਚ ਮਰ ਗਿਆ ਅੱਛਾ ਤੇ ਉਹ ਅਫਸੋਸ ਕਰਨ ਲੱਗ ਪਿਆ ਉਹਦੇ ਕੋਈ ਅਫਸੋਸ ਤਾਂ ਚੱਲ ਠੀਕ ਆ ਜੇ ਤੇਰਾ ਬਲਦ ਮਰ ਗਿਆ ਸੀ ਤਾਂ ਵਿਚਾਰਾ ਬੌਡਾ ਹੀ ਬਥੇਰਾ ਤੈਨੂੰ ਕੰਮ ਦਿੱਤਾ ਸੀਗਾ ਹਾਂ 12 ਸਾਲ ਹੋ ਗਏ ਸੀ ਤੈਨੂੰ ਜੋੜਦੇ ਨੂੰ ਤੇ ਹੁਣ ਇੱਕ ਸਾਡੀ ਗੱਲ ਮੰਨ ਸਾਡੇ ਕੋਲੇ ਤੂੰ ਆਏ ਨਾ ਸੰਸਾ ਕਰੀ ਮੇਰਾ ਬਲਦ ਮਰ ਗਿਆ ਤੇ ਮੇਰੇ ਕੱਟੇ ਨੂੰ ਫੇਰ ਮਾਰਨ ਨੂੰ ਫਿਰਦੇ ਆ ਇਹ ਅੱਛਾ ਤੇ ਅਸੀਂ ਆ 10000 ਰੁਪਿਆ ਸਾਡੇ ਦੋਵਾਂ ਕੋਲੇ 5-5000 ਰੁਪਿਆ ਤੂੰ ਸਨਸਾਨਾ ਕਰਾ ਸੀ ਤੇਰੇ ਪੁਰਾਣੇ ਯਾਰਾਂ ਸੀ ਪੈਸੇ ਦੇ ਦਾਂਗੇ ਤੈਨੂੰ ਜੇ ਤੇਰਾ ਕੱਟਾ ਮਰ ਗਿਆ ਨਾ ਤੇ ਅਸੀਂ ਕੱਟੇ ਦੇ ਵੀ ਦੇ ਦਾਂਗੇ ਬਲਦ ਦੇ ਵੀ ਦੇ ਦਾਂਗੇ ਉਹਨੂੰ ਵੀ ਯਕੀਨ ਆ ਗਿਆ ਉਹ ਕੀ ਰਾਜ ਆ ਉਹਦੇ ਚ ਬਸ ਤੂੰ ਸਾਡੇ ਆਖੇ ਇਲਾਕੇ ਨਾ ਆਪਾਂ ਰਾਜੇ ਨਾਲ ਕੱਟੇ ਦੀ ਸ਼ਰਤ ਲਾਉਣੀ ਆ ਪੜਾਉਣਾ ਅੱਛਾ ਆਪੀ ਦੀ ਕਰਾਉਣਾ ਨਾਲ ਜੋੜ ਆ ਹਾਂ ਮੁਕਾਬਲਾ ਕਰਾਉਣਾ ਵੀ ਮੁਕਾਬਲਾ ਕਰਾਉਣਾ ਤੇ ਉਹ ਬਾਈ ਜਦੋਂ ਰਾਜੇ ਕੋਲੇ ਗਏ ਤੇ ਨੇ ਇਕੱਠੇ ਹੋ ਕੇ ਰਾਜਾ ਦਾ ਕਿਵੇਂ ਆਏ ਆ ਉਹਦੇ ਜੀ ਅਸੀਂ ਤਾਂ ਆਏ ਆ ਆਏ ਆ ਤੇਰਾ ਸਭ ਤੋਂ ਜਿਹੜਾ ਤਗੜਾ ਹਾਥੀ ਆ ਨਾ ਵੱਡਾ ਉਹ ਹਾਥੀ ਨਾਲ ਅਸੀਂ ਟੱਕਰ ਲਵਾਉਣੀ ਹੈ ਸਾਡੇ ਕੱਟੇ ਦੀ ਹਾਂ ਹੋਆ ਯਾਰ ਲੋਕਾਂ ਨੂੰ ਤਾਂ ਰਾਤ ਨੂੰ ਚੜ੍ਹਦੀ ਆ ਪੀਂਦੀ ਪੁੰਦੇ ਹੈਗੇ ਆ ਤੇ ਕਈ ਵਾਰੀ ਕਈਆਂ ਸ਼ਰਾਬੀਆਂ ਨੂੰ ਮੰਨੂ ਆਖਿਆ ਜਦੋਂ ਮੈਂ ਹਾਥੀ ਤੇ ਚੜ੍ਹਿਆ ਜਾਂਦਾ ਉਹਨਾਂ ਤੇਰੇ ਕੱਟੇ ਦਾ ਕੀ ਮੁੱਲ ਆ ਤੇ ਅੱਜ ਤੁਸੀਂ ਦਿਨੇ ਹੀ ਆਖੀ ਜਾਂਦੇ ਆ ਵੀ ਕੱਟੇ ਦੀ ਟੱਕਰ ਲਵਾ ਦਿਓ ਹਾਥੀ ਨਾਲ ਉਹ ਆਦੇ ਰਾਜਾ ਇਸ ਗੱਲ 'ਚ ਰਾਜ ਆ ਤੂੰ ਸਾਥੋਂ ਰਾਜ ਨਾ ਪੁੱਛ ਸਾਡਾ ਕਹਿਣਾ ਮੰਨ ਤੂੰ ਮਗਰੋਂ ਆਪ ਹਰਾਣ ਹੋ ਜੂਗਾ ਅੱਛਾ ਤੇ ਉਹ ਕੀ ਹੋਇਆ ਉਹਨਾਂ ਨੇ ਬਾਈ ਰਾਜੇ ਨੇ ਮੰਨ ਗਿਆ ਕਹਿਣਾ ਅੱਛਾ ਸੱਦ ਲਿਆ ਹਾਥੀ ਕੋਚਵਾਰ ਨੂੰ ਵੀ ਉਹ ਤਗੜਾ ਹਾਥੀ ਲਿਆ ਅੱਛਾ ਤਗੜਾ ਹਾਥੀ ਲਿਆ ਤੇ ਰਾਜੇ ਨੇ ਵੀ ਹਾਥੀ ਲਿਆਂਦਾ ਜਦੋਂ ਇਧਰਲੇ ਪਾਸੋਂ ਹਾਥੀ ਆਇਆ ਤੇ ਇਧਰਲੇ ਪਾਸੋਂ ਲਿਆਂਦਾ ਕੱਟਾ ਤੇ ਜਦੋਂ ਆਪ ਦੀ ਅੱਖਾਂ ਮਿਲੀਆਂ ਅੱਖਾਂ ਮਿਲੀਆਂ ਤੇ ਹਾਥੀ ਨੇ ਸਿਆਲ ਲਿਆ ਅੱਛਾ ਹਾਥੀ ਨੇ ਸਿਆਲ ਲਿਆ ਵੀ ਇਹ ਤਾਂ ਉਹ ਅੱਜ ਦਾ ਮੈਂ 20 ਰੁਪਏ ਦੇਣੇ ਐ ਇਹਦੇ ਤਾਂ ਅੱਛਾ ਤੇ ਦੇਣੇ ਵਾਲੇ ਦੇ ਵੀ ਅੱਖਾਂ ਨਿਮ ਜਾਂਦੀਆਂ ਭਾਂ ਦੀ ਕਿੱਡਾ ਵੀ ਸਮਝਦਾਰ ਹੋਵੇ ਪਿਛਲਾ ਕਿਸੇ ਦਾ ਦੇਣਾ ਹੋਵੇ ਨਾ ਤੇ ਲੈਣ ਵਾਲਾ ਭੁੱਲ ਜਾਂਦਾ ਹੈਗਾ ਤੇ ਦੇਣ ਵਾਲਾ ਨਹੀਂ ਭੁੱਲਦਾ ਮਹਿਸੂਸ ਕਰਦਾ ਉਹਨੂੰ ਤੇ ਹਾਥੀ ਨੇ ਤਾਂ ਸ਼ਰਮ ਦੇ ਮਾਰੇ ਨੇ ਪਿੱਠ ਪੂੰਆ ਕੇ ਤੇ ਭੱਜਣ ਲੱਗਾ ਤੇ ਉਹਨੇ ਮਗਰੋਂ ਤੋਂ ਖੁੱਚਾਂ 'ਚ ਮਾਰਤੀਆਂ ਟੱਕਰਾਂ ਕੱਟੇ ਨੇ ਭੱਜੇ ਜਾਂਦੇ ਤੇ ਤਿੰਨ ਚਾਰ ਟੁੱਡਾਂ ਮਾਰਤੀਆਂ ਤੇ ਮਗਰ ਥੋੜਾ ਜਿਹਾ ਦੂਰ ਭੱਜਿਆ ਤੇ ਹਾਥੀ ਭੱਜ ਗਿਆ ਤੇ ਲਲ ਲਾ ਲਾ ਹੋ ਗਈ ਲੋਕਾਂ ਨੇ ਭਾਈ ਲੋਕ ਇਕੱਠੇ ਬਹੁਤ ਹੋਏ ਸੀ ਵੀ ਹਾਥੀ ਦਾ ਤੇ ਉਹਦਾ ਹੋਣਾਗਾ ਮੁਕਾਬਲਾ ਅੱਛਾ ਤੇ ਰਾਜਾ ਵੀ ਹੈਰਾਨ ਹੋ ਸੋ ਰੋ ਕਮਾਲ ਹੋ ਗਈ ਇਹ ਤਾਂ ਵੱਡੇ ਵੱਡੇ ਹਾਥੀਆਂ ਨਾਲ ਟੱਕਰਾਂ ਲੈ ਲੈਂਦਾ ਸੀਗਾ ਤੇ ਰਾਜੇ ਨੂੰ ਆਦੇ ਵੀ 20 ਰੁਪਏ ਫੜਾਜ ਨੂੰ ਤੇ ਭਾਈ ਕੱਟੇ ਦੇ ਕਿਰਸ ਮੱਥੇ ਤੇ ਰੱਖ ਕੇ ਤੇ ਉਹਨਾਂ ਨੇ ਭਾਈ ਤੇਲੀ ਨੂੰ 20 ਰੁਪਏ ਦੇਤੇ ਅੱਛਾ ਤੇਲੀ ਨੂੰ 20 ਰੁਪਏ ਦੇਤੇ ਤੇ ਉਹ ਤਾਂ ਕੱਟਾ ਮਰ ਗਿਆ ਅੱਛਾ ਕੱਟਾ ਮਰ ਗਿਆ ਤੇ ਉਹ ਨੂੰ ਹੀ ਡਗ ਪਿਆ ਕੱਟਾ ਰਾਜ ਦੇ ਸਾਹਮਣੇ ਅੱਛਾ ਰਾਜਾ ਦਾ ਵੀ ਇਹ ਕੀ ਰਾਜ ਆ ਤੇ ਤੇਲੀ ਵੀ ਹੈਰਾਨ ਅੱਛਾ ਉਹ ਆਦਾ ਏ ਰਾਜਾ ਸਾਹਿਬ ਅਸੀਂ ਆਏ ਆਏ ਕਰਕੇ ਤੇਰੇ ਸੇਠਾ ਜਿਹੜਾ ਵੱਡਾ ਉਹ ਤੋਂ ਅਸੀਂ ਲੈ ਕੇ ਆਏ ਕਿ ਦੂਜਾ 5-5000 ਰੁਪਿਆ ਅੱਛਾ ਉਹ ਜਿਹੜਾ ਅਗਲੀ ਦਰਗਾਹ ਲੈਂਦਾ ਤੇ ਸਾਨੂੰ ਤਾਂ ਜਿਵੇਂ ਰੱਬ ਨੇ ਗਿਆਨ ਕਰਾਉਣਾ ਹੁੰਦਾ ਨਾ ਐ ਹੀ ਹੋਇਆ ਸਾਡੇ ਨਾਲ ਤਾਂ ਟਾਂਚਾ ਸੀ ਇਹਦੇ ਘਰੇ ਕੱਟ ਲਈ ਰਾਤ ਉੱਥੇ ਇਹਦਾ ਬਲਦ ਤੇ ਇਹਦਾ ਕੱਟਾ ਕਰਦੇ ਸੀ ਗੱਲਾਂ ਅੱਛਾ ਉਹ ਤੜਕੇ ਬਲਦ ਵੀ ਮਰ ਗਿਆ ਤੇ ਕੱਟਾ ਹੁਣ ਮਰ ਗਿਆ ਸਾਰੀ ਰਾਜੇ ਨੂੰ ਹੀਰ ਸੁਣਾਤੀ ਵੀ ਇਹਨੇ 20 ਰੁਪਏ ਤੇਲੀ ਦੇ ਦੇਣੇ ਸੀਗੇ ਤੇ ਕੱਟੇ ਨੇ ਹਾਥੀ ਤੋਂ ਲੈਣੇ ਸੀਗੇ ਤੇ ਉਹਨੂੰ ਉਹ ਰੁਪਏ ਲੈ ਲਿਆ ਅੱਛਾ ਤੇ ਲੈਖਾ ਹੋ ਗਿਆ ਕੱਟੇ ਦਾ ਪੂਰਾ ਹਾਂ ਤੇ ਇਹ ਪਿਆਰੋ ਲੈਖਾ ਦੇਣਾ ਹੀ ਪੈਂਦਾ ਹੈਗਾ ਜਿਹੜੇ ਹਾਕਾਂ ਲਾਲ ਦੀ ਕਮਾਈ ਹੁੰਦੀ ਆ ਹਾਕਾਂ ਲਾਲ ਦੀ ਹੁੰਦੀ ਆ